ਅਸਲਾਮ ਵਾਲੇਕੁਮ ਵੇਰ ਉਮੀਦ ਹੈ ਸਭ ਖੈਰiyat ਨਾਲ ਹੋ ਸੈਨ ਅਸਾਜ ਇੱਕ ਨਵੀਂ ਵੀਡੀਓ ਨਾਲ ਤੁਹਾਹਰ ਖidmat ਵਿੱਚ ਹਾਜ਼ਰ ਹਾਂ ਸਾਡੀ ਵੀਡੀਓ ਨੂੰ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਅਸਾਂ ਅੱਜ ਲਾਮਣੇਨ ਸ਼ੋਲਡਰ ਪ੍ਰੈਸ ਮੇਰਾ ਨਾਮ ਹੈ ਨੋਨੂ ਖਾਨ ਨੋਨੂ ਖਾਨ ਤੇ ਮੈਂ ਡਬਲ ਪ੍ਰੈਸ ਲੈਂਦੇ ਡੰਬਲ ਸ਼ੋਲਡਰ ਪ੍ਰੈਸ ਲਾਮਣੇ ਪਹਿਲੇ ਡਬਲ ਸ਼ਾਜੀ ਨੇ ਲਾਮਣ ਡਬਲ ਡਬਲ ਸ਼ੋਲਡਰ ਪ੍ਰੈਸ ਲਾਤੇ ਡੰਬਲ ਨਾਲ ਉਹਦੇ ਬਾਅਦ ਅਸਾਂ ਨੇ ਸਿੰਗਲ ਸਿੰਗਲ ਸ਼ਾਜੀ ਦੇ ਬੰਨ ਸ਼ਾਜੀ ਨੇ ਸਿੰਗਲ ਨੰਬਰ ਪ੍ਰੈਸ ਇਹ ਸ਼ੋਲਡਰਾਂ ਵਾਸਤੇ ਸ਼ੋਲਡਰ ਜਿਹਨਾਂ ਦੇ ਕਮਜ਼ੋਰ ਹਨ ਜਾਂ ਜਿਨ੍ਹਾਂ ਦੇ ਸ਼ੋਲਡਰ ਵੀਕ ਹਨ ਉਹ ਸ਼ੋਲਡਰ ਪ੍ਰੈਸ ਇਹਨਾਂ ਜਿੰਨਾ ਵੇਟ ਈਜ਼ੀਲੀ ਤੋ ਚਾ ਸਕਦੇ ਹੋ ਤਿਉ ਚਾਓ ਇਹ ਹੈ ਨੰਬਰ 10 15 ਪ੍ਰੈ ਕਰ ਲੈ ਜੇ ਲੇਕਿਨ ਤੁਸੀਂ ਕੋਸ਼ਿਸ਼ ਕਰਨੀ ਕਿ ਲਾਈਟ ਕਰਨਾ ਲਾਈਟ ਵੇਟ ਨਾਲ ਇਹ ਬਹੁਤ ਬਸਣੀ ਨੰਬਰ ਸਾਜੀਦਾ ਜ਼ਬਰੇ ਸ਼ਾਜੀ ਨੇ ਮਾਸ਼ਰ ਆਪਣੇ ਸ਼ੋਲਡਰ ਬਹੁਤ ਪਿਆਰੇ ਕਰੇ ਗਏ ਨੇ ਨਿੰਦਬਾਦ ਇਹਨਾਂ ਨੇ ਹੁਣ ਕਰਲਿੰਗ ਰਾਡ ਨਾਲ ਸ਼ੋਲਡਰ ਇੱਕ ਵਾਦਨ करलिंग रॉड, शोल्डर प्रेस ये शोल्डर प्रेस ले शाह जी इन इन्होंने लाने शाहजी ने शोलडर वास्ते पुशअप पुशअप वास् पुशअप पुश शाह जी का मा जिसम माशाला बहुत प्यारा बना गया पहले कलेयर थी इन्होंने बहुत मेहनत की अपने उत्तर हूँ ये सर तुम कर स्टूल दो उत्तर लता स्टैंड पुशअप का इन्हें जमीन पर भी हथ रख सकते हो ਤੁਸੇ ਇਹ ਹਾਂ ਕੀ ਬਾਤ ਹੈ ਇਹ ਸਟਾਈਲ ਇਹ ਪੁਸ਼-ਅਪ ਨਾਵਾ ਤੁਹਾਰੇ ਨਾਲ ਇਹ ਚੈਸਸ ਜੋੜੇ ਤੁਸੀਂ ਹੂੰ ਦਬਾਤਾ ਜੀ ਛਾਤੀ ਸ਼ੋਲਡਰ ਤੁਹਾਰੇ ਬਾਈਸੇਪਸ ਟ੍ਰਾਈਸੇਪਸ ਵਾਸਤੇ ਬਹੁਤ ਇਹ ਤੁਸੇ ਇਹ ਘਰ ਵੀ ਐਕਸਰਸਾਈਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਅਗਰ ਜਿਮ ਤੁਹਾਰੇ ਜਿਮ ਨਹੀਂ ਤੁਹਾਰੇ એનર્ਜੀ ਤਾਂ ਤੁਸੇ ਇਹ ਇਜ਼ੀਲੀ ਘਰ ਕਰ ਸਕਦੇ ਹੋ